ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਵਿਚਾਰਾਂ ਦੇ ਵਿੱਚ ਰਿੜਿਆ ਜਾ ਰਿਹਾ ਰਿੜਿਆ ਜਾ ਰਿਹਾ, ਇਹਨੂੰ ਹੁਣ ਆਪਾਂ ਰੋਕ ਲਾਉਣੀ ਹੈ, ਇਹਨੂੰ ਰੋਕ ਲਾਉਣੀ ਹੈ। ਕਿਹੜੇ ਸ਼ਬਦ ਦੀ ਰੋਕ ਲਾਉਣੀ ਹੈ? ਵਾਹ ਗੁਰੂ, ਇਹ ਰੋਕ ਆ। ਰਿੜੇ ਜਾਂਦੇ ਮਨ ਵਿਚਾਰਾਂ ਦੇ ਵਿੱਚ ਪਏ ਹੋਏ ਮਨ ਨੂੰ ਰੋਕਣਾ ਹੈ ਕਿ ਵਿਚਾਰ ਛੱਡਦੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਣ ਨਾ ਆਵੇ, ਵਿਚਾਰ ਖੁਦ ਖਤਮ ਕਰਦੇ। ਤੂੰ ਤਰਜੇਗਾ, ਤੂੰ ਤਰਜੇਗਾ, ਭਾਵ ਸਾਗਰ ਨੂੰ ਪਾਰ ਕਰ ਦੇਗਾ। ਭਾਵ ਜਿਲ ਵਿਖਮਾ ਸੀਗਾ ਗੁਰ ਸ਼ਬਦੀ ਪਾਰ, ਤੂੰ ਪਾਰ ਹੋ ਜਾਏਗਾ, ਨਹੀਂ ਤਾਂ ਤੂੰ ਇੱਧਰ ਹੀ ਰਹਿ ਜਾਏਗਾ, ਜੰਮਣ ਮਰਨ ਦੇ ਵਿੱਚ ਰਹਿ ਜਾਏਗਾ, ਤੂੰ ਪਾਰ ਹੋ ਜਾਏਗਾ। ਅਤੇ ਹੁਣ ਜਦੋਂ ਆਪਾਂ ਪਾਰ ਹੋ ਜਾਵਾਂਗੇ, ਭਾਵ ਸਾਗਰ ਨੂੰ ਪਾਰ ਕਰ ਦਾਂਗੇ, ਅਤੇ ਮਾਲਕ ਦੇ ਕੋਲ ਪਹੁੰਚ ਜਾਵਾਂਗੇ। ਆਓ ਫਿਰ ਗੁਰੂ ਪਿਆਰੇ, ਆਪਾਂ ਰੋਕ ਲਾਈਏ, ਮਨ ਵਿਚਾਰਾਂ 'ਚ ਰਿੜਿਆ ਜਾਂਦਾ, ਅਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਆਸਰਾ ਦੇਈਏ। ਆ ਦੇਖੋ ਕਿਵੇਂ ਆਸਰ ਚੱਲਣਾ, ਆਪਾਂ ਹੁਣ ਚੱਲਦੀ ਹੈ ਨਾ, ਆਪਾਂ ਕਹਿੰਦਾ ਵਾਹ ਕਹਿ ਕੇ ਰੁਕ ਜਾਓ, ਕਹਿ ਕੇ ਰੁਕੋ, ਫਿਰ ਕਹੋ ਗੁਰੂ, ਗੁਰੂ ਕਹਿ ਕੇ ਫਿਰ ਰੁਕੋ, ਰੁਕ ਸੁਣਨਾ ਨਹੀਂ ਆਇਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਹ ਤਾਂ ਬੰਦ ਕਰ ਲਓ ਸਾਰੇ, ਕਰੋ ਸ਼ੁਰੂ, ਵਾਹ ਗੁਰੂ 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 ਵਾਹ
ਪੁਰਾਣੇ ਗੁਰਮੁਖ ਦੇ ਅੰਤਰਗਤ ਸਿਮਰਨ ਕਰਦੇ ਜੋ ਪਹਿਲਾਂ ਸਿਮਰਨ ਕਰਦੇ ਨੇ ਜਿਹੜੇ ਧਿਆਨ ਰੱਖਦੇ ਨੇ ਧਿਆਨ ਵਿੱਚ ਬੈਠ ਕੇ ਸਰੀਰ ਨੂੰ ਭੁਲਾਉਣਾ ਬਿਲਕੁਲ ਸਰੀਰ ਨੂੰ ਭੁਲਣਾ ਸਿਰੇ ਲੱਗ ਜਾਂਦੇ ਹਨ ਅਤੇ ਲੇਕਿਨ ਕਈ ਚੀਜ਼ਾਂ ਉਛਲ ਪੈਂਦੀਆਂ ਉਹਨਾਂ ਨੂੰ ਫਿਰ
ਪਾਣੀ ਖਿੱਚ ਲਿਆਉਣਾ ਦੇਖਿਆ ਨਹੀਂ ਇਹ ਚੀਜ਼ਾਂ ਨੂੰ ਹੁਣ ਫਿਰ ਵਾਪਸ ਟਿਕਾਣੇ 'ਤੇ ਲੱਗਦੇ ਲੱਗਦੇ ਹਾਂ ਫਿਰ ਛੱਲ ਪੈਂਦੀ ਹੈ ਵਾਪਸ ਫਿਰ ਲੱਗਦੀ ਬਲਕਿ ਫੁਰਨਾ ਅਤੇ ਫਿਰ ਮਾਰਨਾ ਉੱਥੇ ਸਿਰੇ ਲੱਗਦੇ ਹਾਂ ਜੀ ਮਾਲਕ ਦਾ ਇੱਕ ਜਹਾਜ ਖੜਾ ਹੁੰਦਾ ਉਹ ਜਹਾਜ ਹੈ ਨਾਮ ਉਹ ਜਹਾਜ ਕਿਹੜਾ ਜੀ ਨਾਮ ਉਸ ਜਹਾਜ਼ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਸਤਿਗੁਰ ਬੁਰਕ ਹਰ ਨਾਮ ਹੈ ਨਾਮ ਕਿਸੇ ਨੂੰ ਸਤਿਗੁਰ ਜਹਾਜ਼ ਸਮੁੰਦਰੀ ਜਹਾਜ਼ ਨੂੰ ਕਹਿ ਸਤਿਗੁਰ ਬੁਰਕ ਹਰ ਨਾਮ ਹੈ ਕਿਤੋਂ ਮੈਨੂੰ ਚੜਿਆ ਗਿਆ ਕਹਿੰਦੇ ਕਿਹੜੇ ਤਰੀਕੇ ਨਾਲ ਚੜਿਆ ਜਾਓਗੇ ਉੱਥੇ ਫਿਰ ਕਹਿੰਦੇ ਸਤਿਗੁਰ ਕੇ ਭਾਣੇ ਜੋ ਚੱਲਿਆ ਵਿੱਚ ਬੋਹੀ ਤੁਰੇ ਸਤਿਗੁਰ ਦੇ ਭਾਣੇ ਦੇ ਵਿੱਚ ਜਦੋਂ ਆਪਾਂ ਚੱਲਾਂਗੇ ਉਹ ਹੈ ਨਾਮ ਉਹ ਕੀ ਹੈ ਜੀ ਨਾਮ ਉਹ ਵੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਸਤਿਗੁਰ ਬਹੁਤ ਹਰ ਨਾਮ ਹੈ ਇੱਕ ਵਿੱਚ ਚੜਿਆ ਪਿਆ ਕਿਹੜੀ ਵਿਧੀ ਦੇ ਨਾਲ ਚੜਿਆ ਫੁਰਨਿਆਂ ਨੂੰ ਡੈਡ ਕਰਕੇ ਜਦੋਂ ਅਨਹਦੇ ਸ਼ਬਦ ਸਾਨੂੰ ਸੁਣਦਾ ਹੈ ਨਾਮ ਸੁਣਦਾ ਹੈ ਫਿਰ ਉਹਦੇ 'ਚ ਧਿਆਨ ਦਿੰਦਾ ਫਿਰ ਉਹਦੇ ਵਿੱਚ ਧਿਆਨ ਸਤਿਗੁਰ ਬਹੁਤ ਹਰ ਨਾਮ ਹੈ ਇੱਕ ਵਿੱਚ ਚੜਿਆ ਫਿਰ ਜਦੋਂ ਤੁਸੀਂ ਉਹਦੇ ਵਿੱਚ ਧਿਆਨ ਲਾਓਗੇ ਤੁਹਾਨੂੰ ਸਿਰੇ ਲਾ ਕੇ ਉਹ ਤੁਹਾਨੂੰ ਮਾਲਕ ਦੇ ਕੋਲ ਲੈ ਜਾਏਗਾ ਅਤੇ ਜਿੱਥੇ ਉਹ ਲੈ ਕੇ ਜਾਏਗਾ ਉੱਥੇ ਪੌਣ ਹੈ ਨਹੀਂ ਪਾਣੀ ਹੈ ਨਹੀਂ ਅੱਗ ਹੈ ਨਹੀਂ ਪਿਆ ਕੋਈ ਆਕਾਰ ਹੈ ਨਹੀਂ ਸਤਿਗੁਰ ਹੈ ਬਹੁਤ ਆ ਸ਼ਬਦ ਨਿਗਾਰ ਨਿਹਾਰ ਕਿੱਥੇ ਪਵਨ ਨਾ ਪਾਪੋ ਨਾ ਜਲ ਨਾ ਪਾਪੋ ਅੱਗ ਨੂੰ ਕਹਿੰਦੇ ਨੇ ਜਲ ਕਹਿੰਦੇ ਨੇ ਪਾਣੀ ਨੂੰ ਕਹਿੰਦੇ ਨੇ ਅਤੇ ਹਵਾ ਨੂੰ ਪਵਨ ਕਹਿੰਦੇ ਤਾਂ ਜੋ ਵੀ ਸਰੀਰ ਦਿਸਦੇ ਆ ਆਕਾਰ ਦਿਸਦੇ ਉੱਥੇ ਆਕਾਰ ਨਹੀਂ ਹੈ ਕੋਈ ਉੱਥੇ ਨਿਰੰਕਾਰ ਹੀ ਨਿਰੰਕਾਰ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਉਸ ਪ੍ਰਕਾਸ਼ ਤੱਕ ਕਈ ਦਫ਼ਾ ਸਾਨੂੰ ਜੋ ਗੁਰਮੁਖ ਮਾਲਕ ਵੱਲੋਂ ਭੇਜੇ ਹੋਏ ਹੁੰਦੇ ਨੇ ਉਹ ਸਾਡੀ ਹੈਲਪ ਕਰਦੇ ਨੇ ਉਹ ਸਾਡੀ ਮਦਦ ਕਰਦੇ ਨੇ ਉਹ ਕਿਵੇਂ ਮਦਦ ਕਰਦੇ ਨੇ ਕਿਉਂਕਿ ਉਹ ਸੱਚ ਵਿੱਚ ਸਮਾਏ ਹੁੰਦੇ ਨੇ ਸੱਚ ਨਾਲ ਇੱਕ ਵਿਅਕਤੀ ਹੁੰਦੇ ਨੇ ਉਹ ਫਿਰ ਸਾਡੀ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ ਉਹ ਫਿਰ ਸਾਨੂੰ ਫੜ ਕੇ ਲੈ ਕੇ ਜਾਂਦੇ ਨੇ ਪ੍ਰਕਾਸ਼ ਦੇ ਵਿੱਚ ਉੱਥੇ ਤੱਕ ਸਾਨੂੰ ਪਹੁੰਚਦਾ ਕਰਦੇ ਉਹ ਗੁਰਮੁਖ ਇੱਥੇ ਸਰੀਰ ਵਿੱਚ ਆਏ ਹੁੰਦੇ ਨੇ ਪਹਿਲਾਂ ਉਹ ਗੁਰਮੁਖ ਪਹਿਲਾਂ ਸਰੀਰ ਵਿੱਚ ਆਏ ਹੁੰਦੇ ਨੇ ਸਰੀਰ ਵਿੱਚ ਰਹਿੰਦਿਆਂ ਵੀ ਉਹ ਇਹ ਕਾਰਜ ਕਰ ਸਕਦੇ ਨੇ ਕਿਉਂਕਿ ਮਾਲਕ ਦੇ ਭੇਜੇ ਹੁੰਦੇ ਨੇ ਅਤੇ ਉਹਨਾਂ ਨੂੰ ਸਾਰਾ ਖੇਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੁੰਦਾ ਉਹਨਾਂ ਨੂੰ ਪਿਛਲਾ ਵੀ ਪਤਾ ਹੁੰਦਾ ਅਤੇ ਭਵਿੱਖ ਦਾ ਵੀ ਪਤਾ ਹੁੰਦਾ ਉਹ ਗੁਰਮੁਖ ਵਿਰਲੇ ਨੇ ਜਿਨ੍ਹਾਂ ਦਾ ਇੰਨਾ ਜ਼ਬਰਦਸਤ ਪ੍ਰੈਕਟੀਕਲ ਹੁੰਦਾ ਅਤੇ ਆਪਾਂ ਵੀ ਬੇਨਤੀ ਕਰੀਏ ਬੇਨਤੀ ਹੈ ਰਿਕੁਐਸਟ ਹੈ ਮਾਲਕ ਦੇ ਸੱਚੇ ਪਾਤਸ਼ਾਹ ਸਾਡਾ ਵੀ ਜੀਵਨ ਬਣਾ ਸਾਨੂੰ ਵੀ ਮਾਲਕ ਦੇ ਸਾਡਾ ਵੀ ਮਿਲਾਪ ਹੋਵੇ ਹੈ ਨਾ ਇਹ ਬੇਨਤੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਵੀ ਕਰ ਸਕਦੇ ਹੋ ਇਹ ਬੇਨਤੀ ਤੁਸੀਂ ਸਿਮਰਨ ਕਰਨ ਤੋਂ ਪਹਿਲਾਂ ਵੀ ਕਰ ਸਕਦੇ ਹੋ ਸਿਮਰਨ ਕਰਕੇ ਵੀ ਕਰ ਸਕਦੇ ਹੋ ਸੱਚੇ ਪਾਤਸ਼ਾਹ ਇਹ ਮੁੱਖ ਜਾਮਾ ਜਿਹੜਾ ਮਿਲਿਆ ਹੈ ਇਹ ਤੇਰੇ ਮਿਲਾਪ ਤੋਂ ਬਿਨਾਂ ਨਾਸੀ ਸਰੀਰ ਛੱਡੀ ਤੇਰੇ ਮਿਲਾਪ ਤੋਂ ਬਿਨਾਂ ਨਸੀ ਸਰੀਰ ਛੱਡ ਕੇ ਚਲੇ ਜਾਈਏ ਤੇਰਾ ਮਿਲਾਪ ਅਤੇ ਇਹ ਫਿਰ ਆਪਾਂ ਬੇਨਤੀ ਕਰਨੀ ਹੈ ਮਾਲਕ ਨੂੰ ਅਤੇ ਮਾਲਕ ਸਾਡੀ ਬੇਨਤੀ ਬਿਨ ਬੋਲਿਆਂ ਸਭ ਕੁਛ ਜਾਣਦਾ ਅਤੇ ਉਹਨੂੰ ਪਤਾ ਹੈ ਕਿ ਆਹ ਪੁੱਤ ਮੇਰਾ ਬੇਨਤੀ ਕਦੀ ਕਰਦਾ ਆਹ ਕਦੀ ਕਰਦਾ ਕਈ ਦਫ਼ਾ ਅਸੀਂ ਕਹਿੰਦੇ ਵੀ ਅਸੀਂ ਤੁਲੇ ਹੋਏ ਹਾਂ ਪੂਰੇ ਪਰ ਅੰਦਰੋਂ ਮੰਗਾਂ ਸਾਡੀਆਂ ਹੋਰ ਹੋਣਗੀਆਂ ਨਾ ਉਹਨੇ ਜੋ ਦੇਣਾ ਜਿਸ ਵਕਤ ਦੇਣਾ ਹੈ ਉਹਨੂੰ ਦੇਣਾ ਅਸੀਂ ਸਬਰ ਅਤੇ ਸੰਤੋਖ ਨਾਲ ਰਹੀਏ ਅਸੀਂ ਸਬਰ ਅਤੇ ਸੰਤੋਖ ਨਾਲ ਰਹੀਏ ਕਈ ਦਫ਼ਾ ਸਾਡੀਆਂ ਦੁਨਿਆਵੀ ਮੰਗਾਂ ਵਿੱਚ ਆ ਜਾਂਦੀਆਂ ਨੇ ਉਹ ਵੀ ਉਹ ਜਾਣਦਾ ਉਹ ਕਹਿੰਦੇ ਵੀ ਜਿਹੜੇ ਗੱਲ ਬਣ ਹਜੇ ਪੱਕਾ ਨਹੀਂ ਹਜੇ ਕੱਚਾ ਹਜੇ ਕੱਚਾ ਉਹ ਟਣਕਾ ਕੇ ਦੇਖੋ ਦੇਖਦਾ ਹਾਂ ਆਵਾਜ਼ ਆ ਰਹੀ ਕਿ ਜਾਂ ਜਿਹੜੇ ਉਹ ਭਰਮੀ ਦੀ ਆਵਾਜ਼ ਕੱਚੇ ਦੀ ਆ ਰਹੀ ਜਾਂ ਟਨ ਟਨ ਸਹੀ ਆਵਾਜ਼ ਆ ਰਹੀ ਉਹ ਚੈਕਿੰਗ ਕਰਦਾ ਇੱਥੇ ਸਾਡਾ ਟੈਸਟ ਪੈਨ ਲੱਗਦਾ ਇੱਥੇ ਕੀ ਲੱਗਦਾ ਦੁਨੀਆਂ ਦੇ ਟੈਸਟ ਪੈਨ ਲੱਗ ਕੇ ਚੈਕਿੰਗ ਕਰ ਜਾਂਦਾ ਆਪਾਂ ਕਾਲ ਦੇ ਇਲਾਕੇ 'ਚ
ਕਿੱਥੇ ਕੀਤਾ ਜਾਂਦਾ ਚੈਂਪੀਅਨ ਕਾਲ ਉਹ ਟੈਸਟ ਕਰਨਾ ਟੈਸਟ ਕਹਿ ਲਓ ਪਰਚਾ ਕਹਿ ਲਓ ਇੱਕੋ ਹੀ ਗੱਲ ਅਤੇ ਉਹ ਫਿਰ ਕਾਲ ਦੇ ਇਲਾਕੇ ਦੇ ਵਿੱਚ ਸਾਡਾ ਇਮਤਿਹਾਨ ਹੁੰਦਾ ਅਤੇ ਆਪਾਂ ਦੇਖਣਾ ਕਿ ਅਸੀਂ ਇੱਥੇ ਦੁਨਿਆਵੀ ਸੁੱਖ ਸਹੂਲਤਾਂ ਮਾਣਦੇ ਹੋਏ ਇੱਥੇ ਦੁਨੀਆਦਾਰੀ ਦੇ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੁੰਦੇ ਹਾਂ ਅਸੀਂ ਅਸਲੀ ਨਾਲ ਜੋੜ ਕੇ ਰੱਖੀਏ ਲੈ ਮੈਂ ਸੌਖੀ ਜੀ ਉਦਾਹਰਨ ਦੇ ਇੱਕ ਦੁਨਿਆਵੀ ਚੀਜ਼ ਆਪਾਂ ਲੈ ਲਈ ਮੰਨ ਲਓ ਨਵੀਂ ਨਵੀਂ ਗੱਡੀ ਲਈ ਜਾਂ ਮੋਟਰਸਾਈਕਲ ਲਿਆ ਤੁਸੀਂ ਬਾਜ਼ਾਰ 'ਚ ਚਲੇ ਗਏ ਤੁਸੀਂ ਮੋਟਰਸਾਈਕਲ ਲਾਇਆ ਦੁਕਾਨ 'ਚ ਵੜ ਗਏ ਤੁਹਾਡਾ ਧਿਆਨ ਬਾਰ ਬਾਰ ਕਿੱਧਰ ਆ ਗਿਆ ਜਿਹੜਾ ਸਾਧਨ ਤੁਸੀਂ ਖਰੀਦਿਆ ਉੱਧਰ ਆ ਗਿਆ ਹੈਗਾ ਤੁਹਾਨੂੰ ਪਤਾ ਥੋੜ੍ਹੀ ਦੇਰ ਬਾਅਦ ਫਿਰ ਦੇਖਦੇ ਹਾਂ ਵੀ ਆਹ ਚੀਜ਼ ਪਾ ਦਿਓ ਫਿਰ ਵੀ ਨਹੀਂ ਦੇਖਦੇ ਗੱਡੀ ਖੜ੍ਹੀ ਸਾਨੂੰ ਕਿਹੜਾ ਇਸੇ ਤਰ੍ਹਾਂ ਅਸੀਂ ਮਾਲਕ ਦੇ ਨਾਮ ਵਾਲੇ ਪਾਸੇ ਧਿਆਨ ਵਾਰ ਵਾਰ ਲੈ ਕੇ ਜਾਂਦੇ ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਹੁੰਦੀ ਹੈ ਨਾ ਆਪਾਂ ਜਿਵੇਂ ਪੰਛੀ ਬੋਲਦੇ ਨੇ ਜਾਂ ਗੁਰੂ ਛੰਕਦੇ ਨੇ ਬੰਸਰੀ ਵੱਜਦੀ ਹੈ ਸੰਖ ਵੱਜਦਾ ਰਬਾਬ ਵੱਜਦੀ ਹੈ ਹਾਂਜੀ ਅਤੇ ਚਿੜੀਆਂ ਚੀਚੀ ਚੀਚੀ ਕਰਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੰਨਾਂ 'ਚ ਸੁਣ ਅਤੇ ਉੱਧਰ ਧਿਆਨ ਵਾਰ ਵਾਰ ਲੈ ਕੇ ਜਾਣਾ ਵਾਰ ਵਾਰ ਕਿਉਂ ਲੈ ਕੇ ਜਾਣਾ ਕਿਉਂਕਿ ਪਤਾ ਹੈ ਕਿ ਇਹਦੇ ਹੀ ਘਰੇ ਲੈ ਕੇ ਜਾਣਾ ਜਿਵੇਂ ਮੋਟਰਸਾਈਕਲ ਦਾ ਪਤਾ ਨਾ ਮੋਟਰਸਾਈਕਲ ਨੇ ਲੈ ਕੇ ਫਿਰ ਆਪਾਂ ਘਰੇ ਆਉਣਾ ਅਤੇ ਜੇ ਭਲਾ ਮੋਟਰਸਾਈਕਲ ਕੋਈ ਚੋਰੀ ਕਰ ਲਏ ਉੱਥੋਂ ਫਿਰ ਘਰੇ ਆਉਣ ਨੂੰ ਟਾਈਮ ਲੱਗੇਗਾ ਲੇਟ ਹੋਵਾਂਗੇ ਅਤੇ ਹੁਣ ਆਪਾਂ ਟਾਈਮ ਨਹੀਂ ਲਾਉਣਾ ਅਗਲੇ ਜਨਮਾਂ ਤੱਕ ਨਹੀਂ ਜਾਣਾ ਐਸੇ ਜਨਮ ਦੇ ਵਿੱਚ ਹੀ ਆਪਾਂ ਆਪਣੇ ਘਰੇ ਪਹੁੰਚੇਗੀ ਅਤੇ ਉਹ ਘਰੇ ਜਿਹਨੇ ਲੈ ਕੇ ਜਾਣਾ ਮੈਂ ਦੁਬਾਰਾ ਵਿਸ਼ਵਾਸ ਦਵਾ ਰਿਹਾ ਤੁਹਾਨੂੰ ਉਹ ਨਾਮ ਨੇ ਲੈ ਕੇ ਜਾਣਾ ਕਿਹਨੇ ਲੈ ਕੇ ਜਾਣਾ ਨਾਮ ਨੂੰ ਹੀ ਸ਼ਬਦ ਕਹਿੰਦੇ ਨੇ ਆਨੰਦ ਕਹਿੰਦੇ ਨੇ ਸਾਹਿਤ ਨੂੰ ਕਹਿੰਦੇ ਨੇ ਗੁਪਤੀ ਬਾਣੀ ਕਹਿੰਦੇ ਨੇ ਸੱਚੀ ਬਾਣੀ ਕਹਿੰਦੇ ਨੇ ਸੱਚਾ ਸ਼ਬਦ ਕਹਿੰਦੇ ਨੇ ਪਰ ਤੁਸੀਂ ਪਛਾਣ ਕਰਨੀ ਕੀ ਕਹਿੰਦੇ ਕੰਨਾਂ ਦੇ ਵਿੱਚ ਆਵਾਜ਼ ਸੁਣਦੀ ਹੈ ਅਤੇ ਤੁਸੀਂ ਉਹਨੂੰ ਚੈੱਕ ਕਰ ਲੈਣਾ ਵੀ ਮੈਂ ਇਹ ਆਵਾਜ਼ ਨੂੰ ਜੇ ਲਿਖਣਾ ਲਿਖ ਸਕਦਾ ਕਿ ਨਹੀਂ ਜੇ ਤੁਹਾਨੂੰ ਯਕੀਨ ਆ ਜਾਵੇ ਵੀ ਇਹ ਤਾਂ ਲਿਖਣ ਪੜ੍ਹ 'ਚ ਨਹੀਂ ਆਉਂਦੀ ਤਾਂ ਸੁਣ ਲਓ ਉਹ ਨਾਮ ਉਸ ਸ਼ਬਦ ਦਾ ਭੇਦ ਉਸ ਨਾਮ ਦਾ ਭੇਦ ਉਸ ਇੱਕ ਗੱਲ ਦਾ ਭੇਦ ਉਸ ਇੱਕ ਅਕਸ਼ਰ ਦਾ ਭੇਦ ਜਿਹੜਾ ਅੱਖਰਾਂ ਦੇ ਵਿੱਚ ਨਹੀਂ ਹੈ ਉਹਦਾ ਭੇਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਖੁੱਲ੍ਹ ਕੇ ਦਿੱਤਾ ਹੈ ਅਤੇ ਤੁਸੀਂ ਉਹ ਭੇਦ ਲੈ ਰਹੇ ਹੋ ਤੁਸੀਂ ਉਹ ਭੇਦ ਲੈ ਰਹੇ ਹੋ ਉਹਦਾ ਭੇਦ ਲੈ ਕੇ ਉਹਦੇ ਵਿੱਚ ਸਮਾ ਕੇ ਤੁਸੀਂ ਨਿਰੰਕਾਰ ਦੇ ਸਨਮੁੱਖ ਹੋਣਾ ਕਿਤੇ ਸੰਤ ਹੋਣੇ ਨਿਰੰਕਾਰ ਦੇ ਸੱਚ ਦੇ ਸਨਮੁੱਖ ਹੋਣਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਹੋਣਾ ਬੜਾ ਬਰੀਕੀ ਦਾ ਖੇਲ ਹੈ ਜੋ ਅੱਗੇ ਸੁਖਮ ਖੇਲ ਹੈ ਜਿਸ ਤਰ੍ਹਾਂ ਆਪਾਂ ਜਿਹਨਾਂ ਨੇ ਅੰਮ੍ਰਿਤ ਛਕਿਆ ਤੁਹਾਨੂੰ ਪਤਾ ਨਾ ਕਿ ਸਰਗੁਣ ਦਾ ਨਿਰਗੁਣ ਵੀ ਰਹਿੰਦਾ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਤੁਹਾਡੇ ਕੋਲ ਪਤਾ ਨਹੀਂ ਜੀ ਸਰਗੁਣ ਦਾ ਨਿਰਗੁਣ ਦਿੱਤਾ ਅਤੇ ਜਿਵੇਂ ਸਰਗੁਣ ਦੇ ਵਿੱਚ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ ਜਾਂ ਕੋਈ ਸਾਧਨ ਅਪਣਾਉਂਦੇ ਹਾਂ ਇਸੇ ਤਰ੍ਹਾਂ ਨਿਰਗੁਣ ਦੇ ਵਿੱਚ ਵੀ ਇੱਕ ਦੂਸਰੇ ਨੂੰ ਮਿਲਦੇ ਹਾਂ ਸਾਧਨ ਅਪਣਾਉਂਦੇ ਸਮਝ ਲੱਗੀ ਦੀ ਗੱਲ ਕੁਛ ਸਮਝ ਲੱਗੀ ਇਸ ਗੱਲ ਦੀ ਸਰਗੁਣ ਦਾ ਨਿਰਗੁਣ ਸਰਗੁਣ ਦਾ ਆਹ ਸਰਗੁਣ ਆ ਨਾ ਇਹਦੇ ਵਰਗੇ ਇੱਕ ਸਰੀਰ ਹੋਰ ਆ ਉਹ ਇਹਦੇ ਵਿੱਚੋਂ ਹੀ ਨਿਕਲਦਾ ਹੈ ਉਹ ਕੀ ਆ ਨਿਰਗੁਣ ਹੁਣ ਉਹ ਦਿਖਦਾ ਨਹੀਂ ਅਤੇ ਜਿਹਨਾਂ ਨੇ ਉਮਰ ਦੀ ਦਾਤ ਲਈ ਉਹਨਾਂ ਨੂੰ ਦਿਖਦਾ ਨਹੀਂ ਕੋਈ ਚੀਜ਼ ਲੈ ਲਓ ਅੱਗੇ ਇੱਕ ਦੀਆਂ ਦੋ ਦਿਖਦੀਆਂ ਦੇਖੀਆਂ ਤਾਂ ਜੀ ਜਿਹਨਾਂ ਨੇ ਉਮਰ ਦੀ ਦਾਤ ਲਈ ਅਤੇ ਉਹ ਕੀ ਹੈ ਜੀ ਸਰਗੁਣ ਦਾ ਨਿਰਗੁਣ ਅਤੇ ਜਿਵੇਂ ਸਰਗੁਣ ਦੇ ਵਿੱਚ ਆਪਾਂ ਇੱਥੇ ਇੱਕ ਦੂਸਰੇ ਨੂੰ ਮਿਲਦੇ ਹਾਂ ਵੀ ਨਿਰਗੁਣ ਦੇ ਵਿੱਚ ਵੀ ਉੱਥੇ ਸੁਰਤੀ ਨੂੰ ਸੁਰਤੀ ਉਹਨਾਂ ਮਿਲਦੇ ਅਤੇ ਜਿਵੇਂ ਪ੍ਰੈਕਟੀਕਲ ਹੋਇਆ ਗੁਰਮੁਖਾਂ ਦਾ ਇਹਨਾਂ ਨੂੰ ਲੈ ਕੇ ਗਿਆ ਕੋਈ ਅੱਗੇ ਪਿਛਲੇ ਐਤਵਾਰ ਆਏ ਸੀ ਫਸਟ ਟਾਈਮ ਆਪਣੀ ਸੰਗਤ ਵਿੱਚ ਆਏ ਮਾਲਕ ਨੇ ਉਹਨੇ ਦੇਖੋ ਕਿੱਡੀ ਕਿਰਪਾ ਕੀਤੀ ਹਾਂਜੀ ਅਤੇ ਦੱਸਿਆ ਫਿਰ ਗੁਰਮੁਖ ਨੇ ਆਪਣਾ ਪ੍ਰੈਕਟੀਕਲ ਇਹਦਾ ਮਤਲਬ ਕਿ ਉਹ ਲੈ ਕੇ ਗਿਆ ਹੈ ਉਹ ਮੰਜ਼ਿਲ 'ਤੇ ਪਹੁੰਚਾਇਆ ਗਿਆ ਆ ਮੰਜ਼ਿਲ ਆਪਣੀ ਸਾਰਿਆਂ ਦੀ ਅਤੇ ਆਪਣੀ ਸਾਰਿਆਂ ਦੀ ਮੰਜ਼ਿਲ ਕੀ ਹੈ ਜੀ ਨਾਮ ਦੇ ਵਿੱਚ ਸਮਾ ਕੇ ਸੱਚ ਕਿਹੜੀ ਮੰਜ਼ਿਲ ਹੈ ਸਾਡੀ ਸੱਚ
ਆਦਿ ਸੱਚ ਜਗਾਦਿ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸਾਡੀ ਹੋਰ ਕੋਈ ਮੰਜ਼ਲ ਨਹੀਂ, ਮੰਜ਼ਲ ਹੀ ਸੱਚ ਆਪਦੇ ਪਿਤਾ ਦੀ ਟੁਕਲ ਵਿੱਚ ਜਾਣਾ ਬਸ ਅਕਾਲ ਪੁਰਖ ਵਾਹਿਗੁਰੂ ਪਿਤਾ ਉਹਦੀ ਗੁਰਬਤ 'ਚ ਜਾਣਾ ਉਹ ਸਾਡੀ ਮੰਜ਼ਿਲ ਅਤੇ ਤੁਸੀਂ ਉਹ ਮੰਜ਼ਿਲ ਕਾਫੀ ਗੁਰਮੁਖ ਤੈਅ ਕਰ ਚੁੱਕੇ ਨੇ ਅਤੇ ਕਈ ਕਰ ਰਹੇ ਨੇ ਅਤੇ ਕਈ ਕਰਨ ਵਾਸਤੇ ਆ ਰਹੇ ਨੇ ਹੁਣ ਅਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਮਹਾਰਾਜ ਸਾਰਿਆਂ ਜਿੰਨੇ ਵੀ ਗੁਰਮੁਖ ਤੈਨੂੰ ਮਿਲਣ ਵਾਸਤੇ ਸੰਗਤ ਵਿੱਚ ਆਉਂਦੇ ਸਾਰਿਆਂ ਨੂੰ ਸਿਰੇ ਨਾਲ ਸਾਰਿਆਂ ਨੂੰ ਸਿਰੇ ਸੋ ਗੁਰਮੁਖ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਵਿਚਾਰ ਕੀਤੀ ਵਿਚਾਰ ਕਰਦਿਆਂ 'ਚੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਕਿਉਂਕਿ ਆਪਾਂ ਕਿਹੜਾ ਕੋਈ ਦੇਖ ਕੇ ਕਰਦੇ ਜ਼ਬਾਨੀ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ ਅਤੇ ਸੰਗਤ ਦੇ ਗੁਰੂ ਮਾਫ ਕਰਨ ਵਾਲੇ ਗੁਰੂ ਜੇ ਸਾਡੇ ਤੋਂ ਕੋਈ ਵਿਚਾਰ ਕਰਦੇ ਹਾਂ ਤਾਂ ਕੋਈ ਗਲਤੀ ਹੋ ਗਈ ਹੋਵੇ ਕੋਈ ਐਸੇ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਗੁਰੂ ਬਖਸ਼ਣ ਜੋਗੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।